ਤੁਹਾਨੂੰ ਕੀ ਪਤਾ ਵੀ ਸ਼ਾਮ ਤੇ ਮੈਂ ਖੋਈ ਆ, ਕੀ ਪਤਾ ਕੋਈ ਚੱਕ ਕੇ ਲੈ ਗਿਆ ਹੋਵੇ। ਹੋਰ ਚੱਕ ਕੇ ਲੈ ਗਿਆ ਮਨਪ੍ਰੀਤ? ਕੀ ਓਏ ਭੋਲੇ ਜੀ ਨੂੰ ਪਤਾ ਨਹੀਂ ਕੀ ਹੋ ਗਿਆ, ਮੈਂ ਤਾਂ ਗੱਲਾਂ ਇਹੋ ਜਿਹਾ ਕਰਕੇ ਮੈਨੂੰ ਤਾਂ ਪਸੀਨਾ ਲਿਆ ਤਾਂ ਚੱਕ ਕੇ। ਮੈਨੂੰ ਮਾਫ ਕਰ ਦਿਓ, ਮੈਂ ਹੀ ਗਲਤ ਆ ਗਈ, ਮੈਨੂੰ ਨਹੀਂ ਤੂੰ ਹੈਗੀ ਗਲਤ ਹੈ। ਇਹਨੇ ਨਾ ਕਾਲਜ 'ਚ ਕੋਈ ਇਹੋ ਜਿਹੀ ਕੋਈ ਹਰਕਤ ਨਹੀਂ ਛੱਡੀ ਜਿਹੜੀ ਨਾ ਕਰੀ ਹੋਵੇ। ਮੁੰਡਿਆਂ ਨਾਲ ਹੀ ਖੜਨਾ, ਮੁੰਡਿਆਂ ਨਾਲ ਹੀ ਖਾਣਾ, ਮੁੰਡਿਆਂ ਨਾਲ ਹੀ ਗੱਲਾਂ ਕਰਨੀਆਂ, ਸਾਰਾ ਦਿਨ ਹੀ ਮੁੰਡਿਆਂ ਨਾਲ ਫਿਰਦੀ ਰਹਿਣੀ। ਹੋ ਤਾਂ ਮੰਮੀ ਮੇਰੀ ਮਾਸੀ ਦੀ ਕੁੜੀ ਦਾ ਫੋਨ ਸੀ। ਮੈਨੂੰ ਨਾ ਮਨਪ੍ਰੀਤ ਸਹੀ ਸਹੀ ਦੱਸ ਦੇ ਵੀ ਤੂੰ ਕਿਹਦੇ ਨਾਲ ਗੱਲਾਂ ਕਰਦੀ ਆ। ਕਮਾਲ ਆ ਮੰਮੀ, ਤੁਹਾਡੇ ਵਾਲੀ ਗੱਲਾਂ ਕਿਹਦੇ ਨਾਲ ਕਰਦੀ ਦਾ ਕੀ ਮਤਲਬ ਆ? ਕਹੀ ਤਾਂ ਜਾਂਦੀ ਆ ਵੀ ਮੇਰੀ ਮਾਸੀ ਦੀ ਕੁੜੀ ਦਾ ਫੋਨ ਸੀ। ਮੈਂ ਦੱਸ ਉਹ ਇੱਥੇ ਆਉਂਦੀ ਹੁੰਦੀ ਆ ਲਹਿਰੇ ਪੜਨ, ਮੈਨੂੰ ਕਹਿੰਦੀ ਜੇ ਤੇਰੇ ਕੋਲ ਟਾਈਮ ਮਿਲਾ ਤੇ ਤੂੰ ਆ ਜੀ ਮੈਨੂੰ ਮਿਲਣਾ। ਮੈਂ ਕਿਹਾ ਕੋਈ ਨਹੀਂ, ਜੇ ਮੈਨੂੰ ਮੌਕਾ ਮਿਲਿਆ ਮੈਂ ਆ ਜਾਊਂਗੀ। ਤੇ ਫਿਰ ਤੇਰੀ ਮਾਸੀ ਦੀ ਕੁੜੀ ਦੇ ਪੈਰਾਂ 'ਚ ਝਾਂਜਰਾਂ ਪਾਈਆਂ, ਉਹ ਤੈਨੂੰ ਘਰੇ ਆ ਕੇ ਨਹੀਂ ਮਿਲ ਸਕਦੀ, ਉਹਨੂੰ ਸ਼ਰਮ ਨਹੀਂ ਆਉਂਦੀ? ਨਵੀਂ ਨਵੇਲੀ ਤੂੰ ਹੈਗੀ ਆ, ਤੈਨੂੰ ਉੱਥੇ ਕਾਲਜਾਂ 'ਚ ਸਾਦੀ ਹੈ। ਕਾਲਜ 'ਚ ਨਹੀਂ ਸਾਦੀ, ਉਹ ਤਾਂ ਵੈਸੇ ਕਹਿੰਦੀ ਸੀ ਵੀ ਫਿਲਮ ਫੁਲਮ ਦੇਖ ਆਵਾਂਗੇ, ਹੁਣ ਇੰਨੀਆਂ ਨਵੀਆਂ ਫਿਲਮਾਂ ਲਾਂਚ ਹੋਈਆਂ ਨੇ, ਕਹਿੰਦੀ ਭੈਣ ਬਣ ਕੇ ਆ ਜੀ ਇੱਕ ਦਿਨ, ਚਾਹੇ ਨਾਲ ਜੀਜੂ ਨੂੰ ਲਿਆਈ। ਮੇਰੀ ਗੱਲ ਸੁਣ ਲੈ ਮਨਪ੍ਰੀਤ, ਮੈਨੂੰ ਐਂ ਲੱਗਦਾ ਵੀ ਤੂੰ ਮੈਨੂੰ ਕਾਮਲੀ ਬਣਾਉਣੀ ਹੈ, ਗੱਲਾਂ ਲੁਕਾਉਣੀਆਂ, ਤੂੰ ਗੱਲ ਕਿਸੇ ਹੋਰ ਨਾਲ ਕਰਦੀ ਸੀ। ਲੈ ਤੁਸੀਂ ਤਾਂ ਖਾਮੇ ਖਾਈ ਮੇਰੇ ਸਿਰ ਤੇ ਇਲਜ਼ਾਮ ਲਾਈ ਜਾਂਦੇ ਹੋ। ਜੇ ਇਹ ਗੱਲ ਮੈਂ ਆਪਦੇ ਪੇਕਿਆਂ ਨੂੰ ਦੱਸਾਂ ਫੇਰ ਕੀ ਸੋਚਣਗੇ ਤੁਹਾਡੇ ਬਾਰੇ ਵੀ ਤੁਸੀਂ ਸਾਡੀ ਧੀ ਤੇ ਆ ਇਲਜ਼ਾਮ ਲਾਉਂਦੇ ਹੋ? ਤੇ ਜੇ ਮੈਂ ਦੱਸਾਂ ਤੇਰੇ ਪੇਕਿਆਂ ਨੂੰ ਵੀ ਤੁਹਾਡੀ ਧੀ ਕਿਸੇ ਗੈਰ ਬੰਦੇ ਨਾਲ ਗੱਲ ਕਰਦੀ ਹੈ ਫੇਰ? ਮੰਮੀ ਜ਼ੁਬਾਨ ਸੰਭਾਲ ਕੇ ਬੋਲੋ, ਗੈਰ ਗੂਰ ਬੰਦੇ ਨਾਲ ਮੈਂ ਕਿਸੇ ਨਾਲ ਗੱਲ ਨਹੀਂ ਕਰਦੀ, ਕਿਸੇ ਦਾ ਸਿਰ ਨਹੀਂ ਸਾੜਦੀ ਮੈਂ, ਠੀਕ ਆ ਨਾ? ਤੁਹਾਨੂੰ ਪਹਿਲਾਂ ਹੀ ਦੱਸਤਾ ਵੀ ਮੇਰੀ ਮਾਸੀ ਦੀ ਕੁੜੀ ਦਾ ਫੋਨ ਆਇਆ ਸੀ, ਮੈਂ ਉਹਦੇ ਨਾਲ ਗੱਲ ਕਰ ਰਹੀ ਸੀ। ਤੂੰ ਤਾਂ ਸਿਰੀ ਚੜੀ ਜਾਂਦੇ ਹੋ ਖਾਵੇਂ ਖਾ। ਫੋਨ ਫੜਾ ਮੈਨੂੰ, ਮੈਂ ਤੇਰਾ ਚੈੱਕ ਕਰਾਂ। ਤੁਸੀਂ ਵੱਡੇ ਆਏ ਚੈੱਕ ਕਰ। ਮੈਨੂੰ ਵੀ ਪਤਾ ਹੈ ਕਿਹੜੀ ਮਾਸੀ ਦੀਆਂ ਕੁੜੀਆਂ ਨਾਲ ਗੱਲਾਂ ਕਰਦੀਆਂ। ਤਾਰੀ ਸੱਚ ਹੈ, ਐਵੇਂ ਨਹੀਂ ਜਵਾਕਾਂ ਵਾਲਾ ਬੋਲਾ ਜਿਹਾ ਹੋਇਆ, ਹੁਣ ਇਹਦੇ ਰੰਗ ਢੰਗ ਜਿਹੇ ਦਿਸਦੇ ਜਾਂਦੇ ਆ। ਹਾਏ ਰੱਬਾ, ਕਿੱਥੇ ਇਹੋ ਜਿਹੀ 'ਚ ਫਸ ਗਏ ਸੀ। ਕੀ ਹੋ ਗਿਆ ਹੁਣ? ਐ ਮੱਥੇ ਤੇ ਹੱਥ ਧਰੀ ਬੈਠੀ ਆ ਦਰਸ਼ਨ ਤੂੰ? ਕੁਛ ਨਹੀਂ, ਬਸ ਜਸਟ ਟੈਨਸ਼ਨ ਲੱਗੀ ਪਈ ਹੈ, ਮੈਨੂੰ ਤਾਂ ਸਮਝ ਨਹੀਂ ਆਉਂਦੀ ਮੇਰੀ ਰਿੰਗ ਗਈ ਕਿੱਧਰ। ਯਾਰ ਹੁਣ ਟੈਨਸ਼ਨ ਕਰਕੇ ਕੀ ਬਣਦਾ, ਪਹਿਲਾਂ ਗੌਰ ਕਰਨੀ ਸੀ ਇਹ ਚੀਜ਼ਾਂ ਦੀ। ਯਾਰ ਤੁਸੀਂ ਮੈਨੂੰ ਆਪ ਦੱਸੋ, ਪਹਿਲਾਂ ਕਦੇ ਆਪਣੀ ਕੋਈ ਚੀਜ਼ ਇੱਧਰ ਉੱਧਰ ਹੋਈ ਆ ਤੁਹਾਡੇ ਸਾਹਮਣੇ ਉਹਦੇ 'ਚ ਰੱਖੀ ਸੀ? ਯਾਰ ਮੇਰੇ ਸਾਹਮਣੇ ਕਦੋਂ ਰੱਖੀ ਆ ਤੂੰ ਰਿੰਗ? ਜੇ ਮੇਰੇ ਸਾਹਮਣੇ ਰੱਖੀ ਹੁੰਦੀ ਘੱਟ ਤੋਂ ਘੱਟ ਮੇਰੇ ਤਾਂ ਯਾਦ ਹੁੰਦੀ ਵੀ ਤਾਂ ਇੱਥੇ ਰੱਖੀ ਹੈਗੀ। ਯਾਰ ਤੁਹਾਨੂੰ ਪਤਾ ਹੀ ਆਲਮੋਸਟ, ਤੁਸੀਂ ਵੀ ਤਾਂ ਉੱਥੇ ਸਿਰ ਸੁਰ ਬੋਨੇ ਹੀ ਹੋ, ਤੁਹਾਨੂੰ ਵੀ ਤਾਂ ਪਤਾ ਹੀ ਹੈ ਵੀ ਜਸ਼ਨ ਚੀਜ਼ਾਂ ਹੀ ਰੱਖ ਦਿੰਦੀ। ਯਾਰ ਫਿਰ ਉਹ ਸੋਹਣਾ ਸਾਂਭਣ ਦੀ ਥਾਂ ਕੋਈ। ਯਾਰ ਜਸ ਤੁਸੀਂ ਮੈਨੂੰ ਪੁੱਠ ਅੱਗੇ ਬੋਲੀ ਜਾਂਦੇ ਹੋ। ਯਾਰ ਪੁੱਠੇ ਦੀ ਗੱਲ ਨਹੀਂ ਜਸ਼ਨ, ਗਲਤੀ ਤੇਰੀ ਆ, ਰਿੰਗ ਤੂੰ ਖੋਤੀ, ਹੁਣ ਟੈਨਸ਼ਨ ਕਰੇ ਤੋਂ ਕੀ ਬਣਦਾ, ਹੁਣ ਤਾਂ ਜਿਹੜਾ ਨੁਕਸਾਨ ਹੋਣਾ ਸੀ ਉਹ ਕਰਾਵਾ ਤਾ ਤੇ। ਯਾਰ ਐ ਕਿਉਂ ਆਸ ਛੱਡੀ ਜਾਂਦੇ ਹੋ, ਹਲੇ ਕੀ ਪਤਾ ਗੁੰਮੀ ਹੈ ਕਿ ਕਿਸੇ ਨੇ ਚੱਕੀ ਹੈ। ਮੈਨੂੰ ਇੱਕ ਗੱਲ ਦੱਸ, ਚੱਕਣ ਨੂੰ ਉਰੇ ਕੌਣ ਚੱਕ ਕੇ ਲੈ ਗਿਆ? ਆਪਣੇ ਘਰ 'ਚ ਕੋਈ ਅੰਦਰ ਇੱਥੇ ਬੈਡਰੂਮ ਤੱਕ ਤਾਂ ਨਹੀਂ ਆਵੜਿਆ ਵੀ ਕੋਈ ਅੰਦਰੋਂ ਚੱਕ ਕੇ ਲੈ ਗਿਆ? ਤੂੰ ਇੰਨੀ ਸ਼ੋਰਟੀ ਨਾਲ ਕਹਿੰਦੀ ਆ ਤੂੰ ਰਿੰਗ ਉਹ ਦਰਾਜ਼ 'ਚ ਰੱਖੀ ਸੀਗੀ, ਫਿਰ ਤੂੰ ਆਪੇ ਦੱਸ ਕੋਈ ਅੰਦਰ ਤੱਕ ਵੜਿਆ ਆਪਣੇ ਆ ਕੇ? ਯਾਰ ਆਪਣੇ ਚਾਰਾਂ ਤੋਂ ਬਿਨਾਂ ਕੌਣ? ਮਨਪ੍ਰੀਤ ਹੀ ਆਈ ਸੀ, ਮੈਂ ਤਾਂ ਐਂ ਕਹਿੰਦੀ ਆ ਇੱਕ ਵਾਰ ਉਹਨੂੰ ਪੁੱਛ ਲਓ ਕੀ ਆ, ਉਹਨੂੰ ਵਧੀਆ ਲੱਗੇ ਹੋਵੇ ਲੈ ਗਈ ਹੋਵੇ। ਉਹ ਯਾਰ ਐਂ ਕਿਸੇ ਦੀ ਚੀਜ਼ ਕੌਣ ਲੈ ਜਾਂਦਾ ਹੁੰਦਾ ਚੱਕ ਕੇ? ਤੂੰ ਮੈਨੂੰ ਇੱਕ ਗੱਲ ਤਾਂ ਦੱਸ ਦੇ, ਮੰਮੀ ਕਹਿੰਦੀ ਮੈਂ ਮਨਪ੍ਰੀਤ ਨੂੰ ਪੁੱਛ ਲਿਆ ਨਾਲੇ? ਮੇਰੇ ਸਾਹਮਣੇ ਤਾਂ ਨਹੀਂ ਪੁੱਛਿਆ। ਹੁਣ ਸਾਹਮਣੇ ਬਹਿ ਕੇ ਪੁੱਛੇ ਸਾਰੇ ਟੱਬਰ ਦੇ, ਪੁੱਛ ਲਿਆ ਹੋਊਗਾ। ਹੁਣ ਤੂੰ ਆਪ ਦੱਸ ਜੇ ਵਧੀਆ ਲੱਗੂ ਤੈਨੂੰ ਪੁੱਛਦੀ ਵੀ ਭਾਬੀ ਆਹ ਤੇਰੇ ਰਿੰਗ ਲੈ ਜਾਂ ਮੰਮੀ ਨੂੰ ਦੱਸਦੀ, ਕਿਸੇ ਨੂੰ ਤਾਂ ਦੱਸਦੀ। ਨਹੀਂ ਤੁਸੀਂ ਮੇਰੀ ਗੱਲ ਸੁਣੋ, ਟੌਪਸ ਤੁਹਾਨੂੰ ਪੁੱਛ ਕੇ ਲੈ ਕੇ ਆਏ ਸੀ ਉਹ? ਯਾਰ ਫਿਰ ਦਿਖਾ ਤਾਂ ਦਿੱਤੇ ਤੇ ਆ ਕੇ, ਪੁੱਛ ਕੇ ਤਾਂ ਨਹੀਂ ਲੈ ਕੇ ਆਈਆਂ ਸੀ, ਆਉਣ ਸਾਰ ਦਿਖਾ ਤਾਂ ਦਿੱਤੇ ਸੀ ਵੀ ਆਹ ਚੀਜ਼ ਲਿਆਂਦੀ, ਨਾਲ ਮੰਮੀ ਗਈ ਸੀ ਉਹਦੇ। ਇਹ ਤਾਂ ਸੋਚਿਆ ਕਰ
ਹੁਣ ਤੂੰ ਆਪਦੀ ਗਲਤੀ ਨਾ ਮੰਨ ਜੀ ਵੀ ਹਾਂ ਤਾਂ ਇੱਥੋਂ ਰਿੰਗ ਖੋ ਗਈ। ਹੁਣ ਮੈਂ ਕੀ ਕਹਾਂ ਤੁਹਾਨੂੰ, ਤੁਸੀਂ ਤਾਂ ਆਪ ਪੁੱਠੇ ਚੱਲਦੇ ਹੋ। ਉਹ ਯਾਰ ਪੁੱਠਾ ਚੱਲਣ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਜਸ਼ਨ, ਹੁਣ ਜਾਂ ਤਾਂ ਵੀ ਤੂੰ ਐਕਸੈਪਟ ਕਰ ਲਾ ਵੀ ਮੇਰੇ ਤੋਂ ਰਿੰਗ ਖੋ ਗਈ, ਠੀਕ ਆ? ਨਹੀਂ ਭਾਈ ਐਂ ਜਿਹਾ ਬੈਠਾ ਇੱਥੇ ਕਿਤੋਂ ਲੱਭ ਜੂਗੀ ਟਿਕਾਈ ਨਾਲ ਭਾਲ ਲਾ। ਤੂੰ ਤਾਂ ਐਂ ਚਾਹੁੰਦੀ ਆ ਹੁਣ ਰਿੰਗ ਮੇਰੀ ਮੁੱਠੀ 'ਚ ਆ ਜਾਏ ਮਿੰਟ 'ਚ, ਐਂ ਥੋੜ੍ਹੀ ਹੁੰਦੀ ਆ ਚੀਜ਼। ਯਾਰ ਮੈਂ ਥੋੜ੍ਹੀ ਕਹਿੰਦੀ ਹਾਂ, ਮੈਂ ਤਾਂ ਐਂ ਕਹਿੰਦੀ ਹਾਂ ਵੀ ਸਾਰਾ ਟੱਬਰ ਮੈਨੂੰ ਹੀ ਤਾਂ ਨਾ ਬੋਲੋ। ਤੈਨੂੰ ਕੋਈ ਨਹੀਂ ਬੋਲ ਰਿਹਾ, ਤੂੰ ਮੂੰਹ ਹੁਣ ਐਂ ਕਰੀ ਬੈਠੀ ਆ ਕਿ ਤੂੰ ਐਕਸੈਪਟ ਕਰਨ ਨੂੰ ਤਿਆਰ ਹੀ ਨਹੀਂ ਵੀ ਇੱਥੇ ਲੱਭ ਜੂਗੀ। ਤੂੰ ਤਾਂ ਕਹਿੰਦੀ ਖੋ ਗਈ ਖੋ ਗਈ ਖੋ ਗਈ ਖੋ ਗਈ, ਫਿਰ ਜੇ ਹੁਣ ਖੋ ਗਈ ਤਾਂ ਖੋ ਗਈ। ਖੋਈ ਤਾਂ ਮੈਂ ਕਹੀ ਨਹੀਂ। ਖੋਈ ਤਾਂ ਤੂੰ ਕਹਿੰਦੀ ਨਹੀਂ, ਤੂੰ ਤਾਂ ਇਲਜ਼ਾਮ ਲਾਉਂਦੀ ਆ ਪੁੱਤ, ਉਹ ਵੀ ਮੇਰੀ ਧੀ 'ਤੇ। ਵੀ ਮਨਪ੍ਰੀਤ ਨੂੰ ਪੁੱਛ ਲਓ, ਮਨਪ੍ਰੀਤ ਨੂੰ ਪੁੱਛ ਲਓ। ਮਨਪ੍ਰੀਤ ਨੂੰ ਤਾਂ ਮੈਂ ਪੁੱਛ ਲਿਆ, ਹੁਣ ਉਹ ਨਵੀਂ ਸਮੀ ਇੱਥੇ ਵਿਆਹੀ ਗਈ ਆ, ਉਹ ਆਪਣੀ ਸੱਸ ਦੇ ਮੂਹਰੇ ਕੀ ਗੱਲ ਕਹੇ। ਸੱਸ ਉਹਦੀ 24 ਘੰਟੇ ਉਹਦੇ ਮੋਰੀ ਚੜ੍ਹ ਕੇ ਬੈਠੀ ਰਹਿੰਦੀ ਹੈ, ਸਿਰ 'ਤੇ ਬੈਠੀ ਰਹਿੰਦੀ ਹੈ। ਉਹਦਾ ਇੱਦਾਂ ਤਾਂ ਹੈ ਨਹੀਂ ਸੁਭਾਅ ਮਨਪ੍ਰੀਤ ਦਾ ਵੀ ਤੇਰੇ ਵਾਂਗੂ ਆਪਣੇ ਇਕੱਲੇ ਕਮਰੇ 'ਚ ਕੰਮ ਨਿਬੇੜਿਆ ਆ ਕੇ ਬਹਿ ਗਈ। ਉਹ ਤਾਂ ਸੱਸ ਦੇ ਵਿੱਚ ਬੈਠਦੀ ਹੈ, ਉਹਨੂੰ ਕਹੀ ਵੀ ਜਾਵਾਂ ਮੈਂ ਭਾਵੇਂ। ਉਹਦੀ ਸੱਸ ਦਾ ਸੁਭਾਅ ਵੀ ਬਹੁਤ ਵਧੀਆ, ਉਹ ਆਪ ਹੀ ਰਲ ਮਿਲ ਕੇ ਰਹਿੰਦੀ। ਆਹੋ ਮੇਰਾ ਹੀ ਨਹੀਂ ਵਧੀਆ, ਕੀ ਕਹਿਣਾ ਚਾਹੁੰਦੀ ਆ ਪੁੱਤ, ਤੂੰ ਕਾਹਨੂੰ ਟੈਨਸ਼ਨ ਲੈਂਦਾ ਹੈ। ਦੇਖ ਇੱਕ ਮੈਂ ਧੀ ਆਪਣੀ ਨਾਲ ਗੱਲ ਕੀਤੀ ਹੈ, ਉਹ ਕਹਿੰਦੀ ਫਿਰ ਕੀ ਹੋਇਆ ਜੇ ਭਾਬੀ ਦੀ ਛਾਪ ਗੁਆਚ ਗਈ। ਮੈਂ ਕਹਿੰਦੀ ਭਾਬੀ ਨੂੰ ਹੋਰ ਨਵੀਂ ਦਵਾ ਦਿੰਦੀ ਹਾਂ, ਕਹਿੰਦੀ ਤੁਸੀਂ ਘਰ 'ਚ ਕਲੇਸ਼ ਨਾ ਪਾਵੋ। ਲੈ ਆਹ ਸੁਣ ਲਾ, ਉਹ ਤਾਂ ਕਹਿੰਦੀ ਜੇ ਤੁਹਾਨੂੰ ਆਇਆ ਮੈਂ ਨਵੀਂ ਦਵਾ ਦਿੰਦੀ ਹੈਗੀ। ਉਹ ਕਹਿੰਦੀ ਤੁਸੀਂ ਟੈਨਸ਼ਨ ਨਾ ਲਓ ਮੰਮੀ, ਮੈਨੂੰ ਪਤਾ ਵੀ ਵੀਰਾ ਵੀ ਟੈਨਸ਼ਨ 'ਚ ਹੋਣਾ, ਤੂੰ ਵੀ ਟੈਨਸ਼ਨ 'ਚ ਹੋਣੀ ਆ। ਉਹ ਕਹਿੰਦੀ ਭਾਬੀ ਨੂੰ ਛਾਪ ਮੈਂ ਲੈ ਦੂੰਗੀ ਜਿੰਨੇ ਦੀ ਵੀ ਬਣੀ, ਮੇਰੀ ਧੀ ਦਾ ਐਡਾ ਦਿਲ ਆ, ਇਹ ਦਿਲ ਆ ਮੇਰੀ ਧੀ ਇਹਦਾ ਕਿੰਨਾ ਕਰਦੀ ਆ ਆਪਣੇ ਪੁੱਤ ਦਾ, ਵੀ ਮੇਰਾ ਭਾਈ ਟੈਨਸ਼ਨ ਵਿੱਚ ਵਾ ਅਤੇ ਤੂੰ ਮੇਰੇ ਪੁੱਤ ਨੂੰ ਟੈਨਸ਼ਨ ਦੇਣ 'ਤੇ ਲੱਗੀ ਹੋਈ ਆ। ਐਂ ਨਹੀਂ ਕਰੀਦਾ ਹੁੰਦਾ, ਇਕੱਲਾ ਕਹਿ ਰਿਹਾ ਮੇਰਾ ਪੁੱਤ ਹੈ ਜੀ, ਟੈਨਸ਼ਨ ਵਿੱਚ ਕੁਛ ਹੋ ਗਿਆ ਫਿਰ। ਉਹ ਇਹੀ ਗੱਲ ਤੈਨੂੰ ਮੈਂ ਸਮਝਾਉਣਾ, ਮੈਂ ਕਿਹਾ ਵੀ ਜਾਂ ਤਾਂ ਹੁਣ ਤੂੰ ਐਂ ਮੰਨ ਲਾ ਭਾਈ ਖੋਏ ਗਈ, ਨਹੀਂ ਫਿਰ ਲੱਭ ਲਾ। ਗੁਆਚ ਗਏ ਗੁਆਚ ਗਏ, ਢੱਠੇ ਖੂਹ 'ਚ ਜਾਵੇ ਤੇਰੀ ਛਾਪ ਖੜ ਕੇ, ਮੇਰੇ ਪੁੱਤ ਨੂੰ ਤਾਂ ਨਾ ਟੈਨਸ਼ਨ ਦੇ ਹੁਣ ਤੂੰ। ਕੀ ਤੂੰ ਹੁਣ ਠੂਠੇ ਅਰਗਾ ਪੁੱਠਾ ਕਰਕੇ ਬੈਠੀ ਆ, ਉੱਠ ਕੇ ਕੰਮ ਕਾਰ ਕਰ ਲੈ, ਹੱਸ ਖੇਡ। ਗੁਆਚ ਗਏ ਗੁਆਚ ਗਈ, ਅੱਗ ਲੱਗੇ ਪਰੇ, ਕਹਿੰਦੇ ਹੁੰਦੇ ਸੋਨਾ ਗੁਆਚਿਆ ਵੀ ਮਾੜਾ, ਸੋਨਾ ਲੱਭਾ ਵੀ ਮਾੜਾ। ਤੈਨੂੰ ਅਸਲ ਚ ਯਾਦ ਨੀ ਤੂੰ ਰਿੰਗ ਰੱਖੀ ਕਿੱਥੇ ਆ। ਮੈਂ ਕਹਿੰਦੀ ਆ ਨਹਾਉਣ ਨੂੰ ਲੱਗੀ ਨੇ ਬਾਥਰੂਮ ਚ, ਕਿਤੇ ਪਾਣੀ ਪੂਣੀ ਚ ਹੜਾ ਤੀ, ਉਹਦੀ ਬਾਥਰੂਮ ਦੀ ਜਾਲੀ ਜਿਹੀ ਵੀ ਟੁੱਟੀ ਆ ਕਿੰਨੇ ਦਿਨਾਂ ਦੀ, ਕਿਹਾ ਤਾਂ ਸੀਗਾ ਤੈਨੂੰ। ਇਹਨੂੰ ਯਾਦ ਨੀ ਹੋਣੀ ਰੱਖ ਕੇ ਕਿੱਥੇ ਭੁੱਲ ਗਈ, ਕੀ ਪਤਾ ਪੁੱਤ। ਹੁਣ ਮੈਨੂੰ ਕੀ ਪਤਾ ਇਹਦੀਆਂ ਗੱਲਾਂ ਦਾ, ਮੈਨੂੰ ਮਾਫ ਕਰ ਦੋ, ਮੈਂ ਹੀ ਗਲਤ ਆ ਗਈ, ਮੈਨੂੰ ਨਹੀਂ ਤੂੰ ਹੈਗੀ ਗਲਤ ਹੈ। ਉਹ ਗਲਤ ਸਹੀ ਵਾਲੀ ਕੀ ਗੱਲ ਹੋ ਗਈ ਹੁਣੇ ਚ, ਫਿਰ ਤੁਸੀਂ ਸਾਰੇ ਮੈਨੂੰ ਬੋਲੀ ਜਾਂਦੇ ਹੋ। ਤੈਨੂੰ ਬੋਲ ਨਹੀਂ ਰਹੇ, ਤੈਨੂੰ ਐ ਕਹਿੰਦੇ ਤੂੰ ਐ ਮੂੰਹ ਕਰਕੇ ਕਿਉਂ ਬੈਠੀ ਆ? ਸਮਝਾਉਂਦੇ ਪਏ ਆ ਤੈਨੂੰ ਵੀ ਚੀਜ਼ ਆਪਣੀ ਗਾਹਾਂ ਵਾਸਤੇ ਸੰਭਾਲ। ਮੈਂ ਤੈਨੂੰ ਕੁਛ ਕਿਹਾ ਵੀ ਤੂੰ ਛਾਪ ਕਿਉਂ ਗਵਾਈ ਆ? ਗੁਆਚ ਗਈ ਗੁਆਚ ਗਈ, ਕਿਤੇ ਨਹੀਂ ਕੁਛ ਹੁੰਦਾ, ਤੂੰ ਆਪਣਾ ਜਿਹੜਾ ਹੋਰ ਸਮਾਨ ਉਹ ਤਾਂ ਸੰਭਾਲ ਕੇ ਰੱਖ ਪੁੱਤ। ਨਾਲੇ ਗਾਹਾਂ ਪਚਾਹਾਂ ਨੂੰ ਮੱਤ, ਜਿੱਥੇ ਸੋਨਾ ਧਰਨ ਦੀ ਥਾਂ ਹੁੰਦੀ ਆ ਉੱਥੇ ਸੋਨਾ ਧਰੀਦਾ ਹੁੰਦਾ। ਚਲੋ ਕੋਈ ਨਹੀਂ, ਮੈਂ ਅੱਗੇ ਤੋਂ ਧਿਆਨ ਰੱਖੂੰਗੀ। ਹਾਂ ਆ ਹੋਈ ਨਾ ਗੱਲ, ਬਸ ਫਿਰ ਤੈਨੂੰ ਇੰਨੀ ਗੱਲ ਤਾਂ ਸਮਝਾ ਰਹੇ ਹਾਂ। ਓਏ ਮੂੰਹ ਹੋਰ ਤਰ੍ਹਾਂ ਦਾ ਕਰਕੇ ਬੈਠੀ ਹੈ, ਘਰ 'ਚ ਜਮਾਂ ਹੀ ਰੌਣਕ ਨਹੀਂ, ਮੁੰਡੇ ਨਾਲ ਤਾਂ ਸਿੱਧੇ ਮੂੰਹ ਨਾਲ ਗੱਲ ਕਰ ਲੈ, ਛਾਪ ਤਾਂ ਜਿਹੜੀ ਗੁਆਚੀ ਗੁਆਚੀ ਹੈ, ਸਾਡੇ ਨਾਲ ਤਾਂ ਕਦੇ ਸਿੱਧੇ ਮੂੰਹ ਨਾਲ ਨਹੀਂ ਬੋਲੀ ਤੂੰ। ਮੇਰੇ ਪੁੱਤ ਨਾਲ ਤਾਂ ਬੋਲ ਲਾ ਸਿੱਧੇ ਮੂੰਹ ਨਾਲ, ਆਪੇ ਛਾਪ ਗਵਾ ਕੇ ਆਪੇ ਘਰ 'ਚ ਡੱਕ ਸਮਾਣ ਪਾ ਰੱਖਿਆ, ਚੱਲ ਚੰਗਾ। ਸਹੀ ਕਹਿੰਦੀ ਆ ਮੰਮੀ, ਜੇ ਖੋ ਗਈ ਤਾਂ ਖੋ ਗਈ ਯਾਰ, ਐਡੀ ਟੈਨਸ਼ਨ ਲੈਣ ਵਾਲੀ ਕੀ ਲੋੜ ਆ ਹੁਣ। ਚਲੋ ਠੀਕ ਆ ਕੋਈ ਨਹੀਂ, ਤੁਸੀਂ ਚਲੋ ਮੈਂ ਆਉਂਦੀ। ਉਹੀ ਨਾ ਹੁਣ ਐ ਮੂੰਹ ਕਰਕੇ ਇੱਥੇ ਬੈਠੀ ਰਹੀ। ਮੂੰਹ ਤਾਂ ਮੇਰਾ ਸ਼ਾਂਪ ਪਿੱਛੇ ਨਹੀਂ ਹੋਇਆ, ਦੁੱਖ ਤਾਂ ਮੈਨੂੰ ਇਸ ਗੱਲ ਦਾ ਵੀ ਜਿੱਥੇ ਮੈਂ ਚੀਜ਼ ਰੱਖੀ ਸੀ ਤੇ ਉੱਥੋਂ ਗਾਇਬ ਕਿਵੇਂ ਹੋ ਗਈ, ਤੇ ਚੱਕੀ ਵੀ ਮੈਨੂੰ ਪੱਕਾ ਪਤਾ ਵੀ ਮਨਪ੍ਰੀਤ ਨਹੀਂ ਆ।
ਹੈ ਤੁਸੀਂ ਮਨਪ੍ਰੀਤ? ਕੀ ਹੋ ਗਿਆ? ਕੁਛ ਨਹੀਂ, ਮੈਂ ਤਾਂ ਤੈਨੂੰ ਇਹ ਪੁੱਛਦਾ ਸੀ ਮੈਂ ਤਾਂ ਆਪਣੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ, ਆਪਣੇ 'ਚ ਕਦੇ ਗੱਲਾਂ ਹੀ ਨਹੀਂ ਹੋਈਆਂ, ਤੂੰ ਪੜ੍ਹੀ ਲਿਖੀ ਕਿਹੜੇ ਕਾਲਜ 'ਚ? ਤੁਹਾਨੂੰ ਦੱਸਿਆ ਨਹੀਂ? SUS 'ਚ? ਤੁਸੀਂ ਭੁੱਲ ਵੀ ਗਏ ਜਦੋਂ ਤੁਸੀਂ ਦੇਖਾ ਦਿਖਾਈ ਕਰਨ ਗਏ ਹੋ, ਰਿਸ਼ਤਾ ਕੀਤਾ, ਉਹ ਤਾਂ ਸਾਰਾ ਕੁਛ ਤਾਂ ਦੱਸਿਆ। ਉਹ ਤਾਂ ਠੀਕ ਹੈ, ਪਰ ਮੈਨੂੰ ਐਂ ਤਾਂ ਨਹੀਂ ਪਤਾ ਸੀਗਾ ਵੀ ਤੂੰ ਕਿਹੜੇ ਕਾਲਜ 'ਚ ਪੜ੍ਹੀ ਆ, ਕਿਹੜੇ 'ਚ ਨਾ। ਚੱਲ ਇਹ ਦੱਸ, ਤੇਰੀਆਂ ਸਹੇਲੀਆਂ ਕਿੰਨੀਆਂ ਹੁੰਦੀਆਂ ਸੀ ਫਿਰ ਉੱਥੇ? ਓਬਵੀਅਸਲੀ ਸਹੇਲੀਆਂ ਤਾਂ ਕੁੜੀ ਦੀਆਂ ਹੁੰਦੀਆਂ ਨੇ ਜਦੋਂ ਵਾਲਾ ਪੜ੍ਹਦਾ ਹੈਗਾ। ਵੈਸੇ ਨਾ ਮੇਰੀ ਬੈਸਟ ਫਰੈਂਡ ਸਿਰਫ ਇੱਕ ਹੀ ਹੁੰਦੀ ਸੀ, ਉਹਦੇ ਨਾਲ ਮੈਂ ਸਾਰੀਆਂ ਗੱਲਾਂ ਸ਼ੇਅਰ ਕਰ ਲੈਂਦੀ ਹੁੰਦੀ ਸੀ। ਅੱਛਾ, ਆਉਣਾ ਜਾਣਾ ਫਿਰ ਕਾਫੀ ਦੂਰ ਪੈ ਜਾਂਦਾ ਸਾਨੂੰ ਸੁਨਾਮ ਤਾਂ? ਆਉਣਾ ਜਾਣਾ ਲੈ, ਬੱਸਾਂ ਕਾਹਦੀ ਖਾਤਰ ਲੱਗੀਆਂ ਹੋਈਆਂ ਨੇ ਪਿੰਡਾਂ 'ਚ, ਬੱਸ ਤੇ ਵਗ ਜਾਂਦੀ ਸੀ ਸਵੇਰੇ, ਦੁਪਹਿਰ ਨੂੰ ਘਰੇ ਆ ਜਾਂਦੀ ਸੀ ਬੱਸ ਤੇ। ਸ਼ੇਰੋ ਵਿੱਚ ਦੀ ਲੰਘਦੀ ਦਿਓ ਬਸ। ਤੁਸੀਂ ਕਿਵੇਂ ਕੋਈ ਰੂਟ ਰਾਟ ਦਾ ਕੰਮ ਸਟਾਰਟ ਕਰਨਾ? ਉਹ ਨਹੀਂ, ਐਂ ਪੁੱਛਦਾ ਵੀ ਦੇਖ ਤੁਹਾਡੇ ਸੁਨਾਮ ਤੋਂ ਤੁਹਾਡੇ ਪਿੰਡ ਦੋ ਰੂਟਾਂ ਤੇ ਆਉਂਦੀਆਂ ਨੇ ਬਸ, ਇੱਕ ਤਾਂ ਹੋਗੀ ਚੀਮਾ ਹੋ ਗਏ, ਇੱਕ ਸ਼ੇਰੋ ਵਿੱਚ ਦੀ। ਸ਼ੇਰੋ ਵਿੱਚ ਦੀ ਠੀਕ। ਵਿਆਹਤੀ ਫਿਰ ਤੇਰੀ ਸਹੇਲੀ? ਮੇਰੀ ਤਾਂ ਹੁਣ ਕਦੇ ਵਿਚਾਰੀ ਨਾਲ ਗੱਲ ਹੀ ਨਹੀਂ ਹੋਈ, ਨਾਲੇ ਸੱਚ ਖੁਸ਼ੀ ਦੀ ਗੱਲ ਤਾਂ ਇਹ ਆ ਉਹਨੇ ਤਾਂ ਲਵ ਮੈਰਿਜ ਕਰਵਾਈ ਹੈ। ਅੱਛਾ, ਮੈਂ ਤਾਂ ਇਹ ਸੋਚਦਾ ਸੀ ਮੈਂ ਕਦੇ ਆਈਏ ਨਹੀਂ ਮਿਲਣ ਤੈਨੂੰ। ਬਸ ਸਾਡੀ ਗੱਲਬਾਤ ਹੀ ਬਹੁਤ ਘੱਟ ਹੋ ਗਈ, ਤੁਹਾਨੂੰ ਪਤਾ ਤਾਂ ਹੈ ਜਿਵੇਂ ਹੁਣ ਮੈਰਿਡ ਲਾਈਫ ਮੇਰੀ ਆ ਬਿਜ਼ੀ, ਉਵੇਂ ਉਹ ਵੀ ਬਿਜ਼ੀ ਰਹਿੰਦੀ ਆ, ਘੱਟ ਵੱਧ ਹੀ ਟਾਈਮ ਲੱਗਦਾ, ਇੱਕ ਅੱਧਾ ਮੈਸੇਜ ਮੂਸੇਜ ਭਾਵੇਂ ਉਹ ਮੈਨੂੰ ਕਰ ਲਵੇ। ਆਹ ਗੱਲਾਂ ਕਰਕੇ ਤਾਂ ਨਾ ਤੁਸੀਂ ਮੈਨੂੰ ਮੇਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਕਿੰਨੀਆਂ ਕੁ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਤੇਰੀਆਂ। ਬਸ ਹੁਣ ਮੈਨੂੰ ਆਹੀ ਯਾਦ ਆਈ ਜਾਣਾ ਵੀ ਉਹ ਦਿਨ ਕਿੰਨੇ ਵਧੀਆ ਹੁੰਦੇ ਸੀ, ਜਦੋਂ ਬੰਦਾ ਪੜ੍ਹਦਾ ਹੁੰਦਾ, ਜ਼ਿੰਮੇਵਾਰੀਆਂ ਸਿਰ ਤੇ ਪੈ ਜਾਣ ਨਾ, ਬਸ ਬੰਦਾ ਕਦੇ ਬੈਸ਼ ਨਾ ਕੱਪੜੇ ਪਾਇਆ ਤੋ ਨਾ, ਮੈਨੂੰ ਨਹੀਂ ਪਸੰਦ, ਮੈਂ ਨਹੀਂ ਕਦੇ ਇਹੋ ਜਿਹੇ ਚੋਰੀ ਬੋਝ ਕੀਤੇ, ਮੈਂ ਤਾਂ ਸਿੰਪਲ ਸੂਟ 'ਚ ਜਾਂਦੀ ਸੀ, ਸੂਟ ਚਾਹੁੰਦੀ ਸੀ, ਮੈਂ ਨਹੀਂ ਕਦੇ ਕੱਪੜੇ ਕੁੱਪੜੇ ਐਵੇਂ ਪਾਏ। ਕੀ ਹੋ ਗਿਆ? ਕੁਛ ਨਹੀਂ, ਮੈਂ ਤਾਂ ਇਹ ਸੋਚਦਾ ਸੀ ਮਹਾਂ ਚੱਲ ਦਵਾ ਲਿਆਉਂਗਾ ਕਈ ਵਾਰ ਪਾਉਣੇ ਹੁੰਦੇ ਜੀ। ਵੈਸੇ ਮੈਂ ਦੇਖੀਆਂ ਨੇ ਆਪਣੇ ਆਂਢ ਗੁਆਂਢ ਦੀਆਂ ਔਰਤੀਆਂ ਵੀ ਪਾ ਲੈਂਦੀਆਂ ਨੇ, ਆਪਣੇ ਰੋਕ ਟੋਕ ਨਹੀਂ ਹੈਗੀ ਹਨਾ ਇੰਨੀ। ਕੋਈ ਗੱਲ ਨਹੀਂ, ਜੇ ਤੁਸੀਂ ਕਹਿੰਦੇ ਲਿਆ ਦੇ ਮੈਂ ਪਾ ਲਿਆ ਕਰੂੰਗੀ। ਚੱਲ ਕੋਈ ਕਦੇ ਵਿਹਲੇ ਹੋਏ ਨਾ ਉਦੇ ਲੈ ਕੇ ਆਵਾਂਗੇ। ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਮੇਰੇ ਨਾਲ ਮੇਰੇ ਕਾਲਜ ਟਾਈਮ ਦੀਆਂ ਗੱਲਾਂ ਕੀਤੀਆਂ, ਨਹੀਂ ਤਾਂ ਆਪਣੀ ਕਦੇ ਗੱਲ ਹੀ ਨਹੀਂ ਹੁੰਦੀ। ਸਹੀ ਗੱਲ ਆ, ਨਹੀਂ ਮਤਲਬ ਕਾਲਜ ਕਦੇ ਵੀ ਨਹੀਂ ਪਾਏ? ਨਹੀਂ। ਚੱਲ ਠੀਕ ਆ, ਚੰਗਾ। ਪਤਾ ਕਿਉਂ ਨਹੀਂ ਪਾਈ? ਘਰੇ ਵੀਰਾ ਹੁੰਦਾ ਸੀ, ਵੀਰਾ ਫਿਰ ਬੋਲਣ ਲੱਗ ਜਾਂਦਾ ਹੁੰਦਾ ਸੀ ਵੀ ਮਨ ਵਿੱਚ ਪੜ੍ਹਨਾ, ਸਹੀ ਢੰਗ ਨਾਲ ਪੜ੍ਹਨ ਦੀ ਲੋੜ ਨਹੀਂ ਹੈਗੀ, ਵੀਰਾ ਤਾਂ ਡਰਦੀ ਨੇ, ਮੈਂ ਤਾਂ ਫਿਰ ਸੂਟ ਤੋਂ ਬਿਨਾਂ ਕਦੇ ਕਿਸੇ ਚੀਜ਼ ਨੂੰ ਹੱਥ ਹੀ ਨਹੀਂ ਲਾਇਆ ਵੀ ਮੈਨੂੰ ਆਹ ਡਰੈਸ ਲੈ ਦਿਉ, ਮੈਨੂੰ ਆਹ ਜੀਨਾਂ ਲੈ ਦਿਉ। ਫਿਰ ਕਿਵੇਂ ਦਾ ਮਾਹੌਲ ਰਿਹਾ ਤੇਰਾ ਕਾਲਜ 'ਚ ਹੁਣ ਤੱਕ ਦਾ ਐਕਸਪੀਰੀਅੰਸ ਤੇਰਾ? ਐਕਸਪੀਰੀਅੰਸ ਮੇਰਾ ਬਹੁਤ ਵਧੀਆ ਸੀ, ਤੁਸੀਂ ਨਾ ਅੱਜ ਵੀ ਚਾਹੇ ਮੇਰੇ ਪੁਰਾਣੇ ਦੋਸਤਾਂ ਨੂੰ ਪੁੱਛ ਲਿਓ, ਕਦੇ ਨਾ ਕਦੇ ਤਾਂ ਕੋਈ ਟੱਕਰ ਹੀ ਜਾਂਦਾ, ਨਹੀਂ ਮੇਰੇ ਕੋਲ ਮੋਬਾਈਲ ਨੰਬਰ ਹੈਗੇ ਨੇ ਵੀ ਮਨਪ੍ਰੀਤ ਕਿਵੇਂ ਰਹਿੰਦੀ ਸੀ, ਮੈਂ ਤਾਂ ਬਾਹਲੀ ਖੁਸ਼ ਮਜ਼ਾਜ ਸੀਗੀ। ਦੋਸਤਾਂ ਨੂੰ ਜਾਂ ਸਹੇਲੀਆਂ ਨੂੰ? ਦੋਸਤਾਂ ਸਹੇਲੀਆਂ ਬਰਾਬਰ ਹੀ ਆ, ਸਾਰੇ ਮੁੰਡੇ ਕੁੜੀਆਂ ਇਕੱਠੇ ਤਾਂ ਹੁੰਦੇ ਸੀ। ਮਤਲਬ ਕਿ ਤੇਰੇ ਬੋਇਜ਼ ਵੀ ਫਰੈਂਡ ਰਹੇ ਨੇ? ਹਾਂ ਆਉਣਾ, ਇੰਨੇ ਕੁ ਤਾਂ ਹੁੰਦੀ ਨੇ। ਚੱਲ ਚੰਗਾ, ਰੋਟੀ ਪਾ। ਹਾਂ ਮੈਂ ਪਾਉਂਦੀ ਹਾਂ। ਇਹ ਤਾਂ ਮਤਲਬ ਉਹਦੀ ਗੱਲ ਸਹੀ ਹੈ,
ਇਹ ਉਹੀ ਮਨਪ੍ਰੀਤ ਹੈ ਜਿਹਦੀ ਉਹ ਗੱਲ ਕਰਦਾ। ਹੌਲੀ ਹੌਲੀ ਨਾ ਗੱਲਾਂ ਸਾਰੀਆਂ ਉਸੇ ਟਿਕਾਣੇ 'ਤੇ ਜਾਈ ਜਾਂਦੀਆਂ ਨੇ ਜਿੱਥੇ ਕਿਤੇ ਨਾ ਕਿਤੇ ਮੇਰਾ ਦਿਮਾਗ ਖੜਕਦਾ ਰਹਿੰਦਾ। ਅਸਲ 'ਚ ਲੱਗਦਾ ਤਾਰੀਆ ਤੇਰੇ ਨਾਲ ਉਹ ਤਾਂ ਧੱਕਾ ਹੀ ਗਿਆ। ਰੱਬ ਕਰੇ ਗੱਲਾਂ ਇੱਥੇ ਤੱਕ ਹੀ ਰਹਿਣ। ਇਹਨੂੰ ਭੋਲੇ ਜੀ ਨੂੰ ਪਤਾ ਨਹੀਂ ਕੀ ਹੋ ਗਿਆ, ਇਹਨੇ ਤਾਂ ਗੱਲਾਂ ਇਹੋ ਜਿਹੀਆਂ ਕਰਕੇ ਮੈਨੂੰ ਤਾਂ ਪਸੀਨਾ ਲਿਆ ਤਾ ਚੱਕ ਕੇ। ਤਾਂ ਹੀ ਲੱਗਦਾ ਕੰਜਰ ਜਾਂ ਕੰਜਰੀ ਨੇ ਇਹਨੂੰ ਮਿਲ ਗਿਆ ਜਿਹਨੇ ਮੇਰੇ ਪ੍ਰਤੀ ਇਹਦੇ ਕੰਨ ਭਰਤੇ। ਹੋਰ ਹੀ ਲੈ ਵੰਨ ਸਵੰਨੀਆਂ ਉੱਜੜੀਆਂ ਖੁੱਡਾਂ 'ਚ ਹੱਥ ਮਰੀਆਂ ਤਾਂ ਤੂੰ ਕਿੱਥੇ ਪੜ੍ਹਦੀ ਸੀ, ਕਾਹਦੇ 'ਤੇ ਜਾਂਦੀ ਸੀ, ਬੱਸ ਕਿੱਧਰ ਦੀ ਲੰਘਦੀ ਸੀ, ਕਮਾਲ ਹੋਈ ਪਈ ਆ। ਇੰਨੀਆਂ ਸੀ ਆਈਡੀਆਂ ਕੌਣ ਲੈਂਦਾ ਹੁੰਦਾ ਬਿਨਾਂ ਗੱਲ ਤੋਂ। ਕਿਤੇ ਕਿਸੇ ਚੀਜ਼ ਦਾ ਇਹਨੂੰ ਸ਼ੱਕ ਤਾਂ ਨਹੀਂ ਪੈ ਗਿਆ, ਹਾਏ ਰੱਬਾ ਇਹਨੇ ਮੇਰਾ ਖੂਨ ਪਾਨ ਤਾਂ ਨਹੀਂ ਦੇਖ ਲਿਆ। ਪਰ ਐਡੀ ਕੰਨਾਂ ਦੀ ਕੱਚੀ ਕਿੱਥੇ ਆ ਮੈਂ, ਫੋਨ 'ਚੋਂ ਤਾਂ ਮੈਂ ਸਾਰਾ ਕੁਛ ਡਿਲੀਟ ਕੀਤਾ ਹੋਇਆ। ਕੋਈ ਤਾਂ ਗੜਬੜ ਹੈਗੀ ਆ ਮਨਪ੍ਰੀਤ, ਬਚ ਕੇ ਰਹਿਣਾ। ਮੈਂ ਤਾਂ ਮੰਮੀ ਨੂੰ ਫੋਨ ਕਰਦੀ ਹਾਂ, ਇਹਨਾਂ ਦੀ ਗੇਮ ਪਹਿਲਾਂ ਹੀ ਘੁਮਾ ਦਿੰਦੀ ਹਾਂ। ਜ਼ਿਆਦਾ ਮਾਂ ਪੁੱਤ ਮੇਰੇ ਤੋਂ CID ਮੰਗਣ, ਮੰਮੀ ਨੂੰ ਕਹਿੰਦੀ ਹਾਂ ਵੀ ਮੰਮੀ ਇਹਨਾਂ ਦੇ ਤਾਂ 23 ਵਾਰ ਬਦਲੇ ਪਏ ਆ ਦੋਨਾਂ ਦੇ, ਗੱਲ ਗੱਲ 'ਤੇ ਮੈਨੂੰ ਰੋਕੇ ਟੋਕੇ ਜਾਂਦੇ ਆ। ਜੇ ਫੋਨ ਕਰਦੀ ਹਾਂ ਮਾਂ ਕਹਿੰਦੀ ਆ ਕਿਹਨੂੰ ਫੋਨ ਕਰਦੀ ਹਾਂ, ਜੇ ਮੁੰਡਾ ਜਾਂ ਤਾਈ ਮੇਥੋਂ ਪੁਰਾਣੀਆਂ ਗੱਲਾਂ ਪੁੱਛੀਆਂ ਤਾਂ ਤੂੰ ਕਾਲਜ ਕਾਹਦੇ 'ਤੇ ਜਾਂਦੀ ਸੀ, ਤੂੰ ਆਹ ਕੱਪੜੇ ਪਾਉਂਦੀ ਸੀ। ਮੰਮੀ ਲਾ ਤੂੰ ਕੀ ਹੋ ਗਿਆ, ਬੰਦ ਕਿਉਂ ਕਰਤਾ ਪਾਣੀ ਦੇ ਟੱਬ ਭਰਨਾ ਸੀ ਮੈਂ। ਮੇਰੀ ਗੱਲ ਸੁਣ ਲੈ, ਆ ਪਾਣੀ ਪੱਲੇ ਰਹਿ ਜੂ, ਮੈਨੂੰ ਜਿਹੜੀ ਚੀਜ਼ ਤੋਂ ਡਰ ਲੱਗਦਾ ਸੀ ਨਾ ਮੈਂ ਉਹੀ ਹੋ ਗਈ। ਕੀ ਹੋ ਗਿਆ, ਐਕਸੀਡੈਂਟ ਹੋ ਗਿਆ ਕਿਸ ਦਾ? ਸਭਾ ਐਕਸੀਡੈਂਟ ਹੋ ਗਿਆ। ਆ ਤੇਰੀ ਨੂੰਹ ਦੀਆਂ ਕਰਤੂਤਾਂ ਨਾ ਸਾਰਾ ਕੁਝ ਸਾਹਮਣੇ ਆਈ ਜਾਂਦਾ ਦਿਨ ਪ੍ਰਤੀ ਦਿਨ। ਬੂਵੇ ਕੀ ਹੋ ਗਿਆ ਪੁੱਤ, ਇਹੋ ਜਿਹਾ ਹੋਣਾ ਕੀ ਆ ਮਾਂ, ਜਿਹੜੀ ਚੀਜ਼ ਦਾ ਡਰ ਸੀ ਉਹੀ ਹੋ ਗਿਆ। ਇਹਨੇ ਨਾ ਕਾਲਜ 'ਚ ਕੋਈ ਇਹੋ ਜਿਹੀ ਕੋਈ ਹਰਕਤ ਨਹੀਂ ਛੱਡੀ ਜਿਹੜੀ ਨਾ ਕਰੀ ਹੋਵੇ। ਮੁੰਡਿਆਂ ਨਾਲ ਹੀ ਖੜਨਾ, ਮੁੰਡਿਆਂ ਨਾਲ ਹੀ ਖਾਣਾ, ਮੁੰਡਿਆਂ ਨਾਲ ਹੀ ਗੱਲਾਂ ਕਰਨੀਆਂ, ਸਾਰਾ ਦਿਨ ਹੀ ਮੁੰਡਿਆਂ ਨਾਲ ਫਿਰਦੀ ਰਹਿਣੀ, ਜੀਨ ਟੌਪ ਇਹੋ ਜਿਹਾ ਕੁਛ ਉੱਥੇ ਕਾਲਜ 'ਚ ਪਾਉਂਦੀ ਰਹੀ। ਮੈਨੂੰ ਤਾਂ ਮੁੰਡੇ ਨੇ ਗੱਲ ਦੱਸੀ, ਮੈਂ ਤਾਂ ਸੌਣ ਲੱਗੇ ਖੜਿਆ ਹੱਕਾ ਬੱਕਾ ਰਹਿ ਗਿਆ। ਮੈਂ ਤਾਂ ਉੱਥੇ ਡਰਤੀ ਵੀ ਕਿਤੇ ਇਹੀ ਮਨਪ੍ਰੀਤ ਨਾ ਹੋਵੇ। ਘਰ ਆ ਕੇ ਇਹਦੇ ਨਾਲ ਗੱਲਾਂ ਕਰੀਆਂ। ਕੀ ਗੱਲ ਦੱਸੀ? ਮੁੰਡੇ ਸੁਣਤਾ ਮੁੰਡੇ ਨੇ ਕੀ ਕੁਛ ਕਿਹਾ। ਮੁੰਡਾ ਕਹਿੰਦਾ ਤਾਂ ਆਇਆ ਕੁੱਟੂਗੀ ਤੇਰੇ ਮੂੰਹ, ਸੌਣ ਲੱਗੇ ਥਾਪੜੇ ਮਾਰਾਂਗੇ ਤੈਨੂੰ, ਕਹਿੰਦਾ ਇੱਧਰ ਤੋਂ ਨਾ ਉੱਧਰ ਦੋਦਾਂਗੇ, ਗੱਲ ਨਹੀਂ ਬਾਤ ਨਹੀਂ ਅੱਗੇ ਹੋਰ ਤਾਂ ਹੋਰ, ਤੂੰ ਛੱਡ ਗੱਲਾਂ। ਕਹਿੰਦਾ ਵੀ ਭਾਈ ਨੀਲਾ ਜਿਹਾ ਸੂਟ ਪਾ ਕੇ ਫਿਰਦੀ ਰਹਿੰਦੀ ਹੈ, ਕਹਿੰਦਾ ਇਹਨੂੰ ਹੋਰ ਸੂਟ ਨਾ ਦਵਾਈ। ਮੰਮਾ ਮੈਂ ਤਾਂ ਨੀਲੇ ਦਾ ਸੂਟ ਭਾਲ ਦਿੱਤਾ, ਹੋਰ ਗੱਲਾਂ ਕਰਦਾ ਸੂਟ। ਹਾਂ ਵੀ ਸੂਟਾਂ 'ਤੇ ਕੋਈ ਤੋੜਾ ਦੱਸ, ਗੱਲ ਨਹੀਂ ਬਾਤ ਨਹੀਂ, ਚੈਣ ਲਈ ਲੱਗਦੇ ਰਹੇ, ਚੈਣ ਦੀ ਦੱਸ ਕੀ ਉਹ ਲੋੜ ਪਈ ਤੀ। ਮੈਂ ਮਰ ਜਾ ਬੇ ਪੁੱਤ, ਆਪਾਂ ਤਾਂ ਜਮਾਂ ਹੀ ਪੱਟੇ ਗਏ। ਮੈਨੂੰ ਤਾਂ ਲੱਗਦਾ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਇਹਨੇ ਜੈਬਡੀ ਨੇ ਆਪਾਂ ਨੂੰ ਦਿਨੇ ਤਾਰੇ ਨਾ ਦਿਖਾਏ। ਮਾਂ ਹਾਥੀ ਦੇ ਦਿਖਾਉਣ ਵਾਲੇ ਦੰਦ ਹੋਰ ਹੁੰਦੇ ਨੇ, ਖਾਣ ਵਾਲੇ ਹੋਰ ਹੁੰਦੇ ਨੇ। ਆਪਾਂ ਤਾਂ ਗੱਲਾਂ ਕਰਦੇ ਦੀ ਵੀ ਇੰਨੀ ਚੰਗੀ ਹੈ, ਇੰਨੀ ਚੰਗੀ ਹੈ, ਪਰ ਹੌਲੀ ਹੌਲੀ ਪਤਾ ਲੱਗਦਾ ਜਦੋਂ ਬੰਦੇ ਨਾਲ ਵਿਚਰਦੇ ਆਪਾਂ। ਮੈਨੂੰ ਤਾਂ ਆਪਦੇ ਰੰਗ ਦਿਖਾਈ ਜਾਂਦੀ ਹੈ ਪੁੱਤ, ਜਿਵੇਂ ਕਿਹਾ ਮਹਾਂ ਪੁੱਤ 4 ਕੱਪੜੇ ਮਸ਼ੀਨ 'ਚ ਪਾਲਾ, 100 ਕੁਛ ਬੋਲੀ, ਕਿਉਂਕਿ ਮੈਂ ਹੁਣ ਇਹੀ ਕੰਮ ਕਰੀ ਜਾਵਾਂ, ਮੇਰੇ ਕੋਲ ਟਾਈਮ ਨਹੀਂ ਹੈਗਾ, ਮੈਥੋਂ ਨਹੀਂ ਇਹ ਕੰਮ ਹੁੰਦੇ। ਦੇਖ ਲੈ ਪੁੱਤ, ਫੋਨ 'ਤੇ ਕੋਠੇ 'ਤੇ ਖੜੀ ਕਿਸੇ ਨਾਲ ਗੱਲਾਂ ਕਰੀ ਜਾਂਦੀ ਸੀਗੀ, ਹੁਣ ਕਹਿੰਦੀ ਆ ਕਿ ਮੌਕਾ ਜਿਹਾ ਮਿਲਣਾ ਤੇ ਮੈਂ ਫਿਰ ਆਉਣੀ ਆ ਤੈਨੂੰ ਮਿਲਣ। ਜਦੋਂ ਮੈਂ ਪੁੱਛਿਆ ਮਹਾਂ ਕੁੜੇ ਕਿਹਨੂੰ ਕਹਿਣੀ ਆ ਵੀ ਮਿਲਣ ਆਉਣੀ ਆ, ਆ ਕਿ ਉਹ ਤਾਂ ਮੇਰੀ ਭੂਆ ਦੀ ਕੁੜੀ ਸੀਗੀ, ਫਿਰ ਮੈਂ ਭੂਆ ਦੀ ਕੁੜੀ ਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਆ ਜੇ ਮਿਲਣ, ਐਂ ਗੱਲਾਂ ਕਰਦੇ ਹੁੰਦੇ, ਫਿਰ ਗੱਲ ਟਾਲ ਗਈ। ਇਹ ਤਾਂ ਸੱਚੀਆਂ ਗੱਲਾਂ ਨੇ ਭਾਈ ਤੇਰੀਆਂ। ਮਹਾਂ ਮੈਂ ਤਾਂ ਇਹ ਸ਼ੱਕ ਆ ਵੀ ਕਿਤੇ ਉਹੀ ਨਾ ਕਿਸੇ ਨਾਲ ਗੱਲਾਂ ਕਰਦੀ ਹੋਵੇ। ਉਹੀ ਤਾਂ ਹੈ ਪੁੱਤ, ਜਿਹੜੀਆਂ ਗੱਲਾਂ ਉਹ ਮੁੰਡੇ ਨੇ ਦੱਸੀਆਂ
ਉੱਥੇ ਤੱਕ ਤਾਂ ਕਿਸੇ ਤੱਕ ਕਿਤੇ ਨਾ ਕਿਤੇ ਚੱਲ ਇਹ ਚੀਜ਼ਾਂ ਜਰੀਆਂ ਜਾਂਦੀਆਂ ਨੇ। ਠੀਕ ਆ ਕਾਲਜ ਟਾਈਮ ਬੰਦਾ ਮੁੰਡਿਆਂ ਨਾਲ ਖੜ ਵੀ ਜਾਂਦਾ ਬੈਠ ਵੀ ਜਾਂਦਾ ਕੋਈ ਵੱਡੀ ਗੱਲ ਨਹੀਂ, ਪਰ ਇਹ ਹੈ ਵੀ ਇੱਦੋਂ ਵੱਧ ਕੇ ਨਾ ਕੁਛ ਹੋਵੇ। ਕੀ ਪਤਾ ਪੁੱਤ, ਹੁਣ ਮੈਨੂੰ ਤਾਂ ਲੱਗਦਾ ਇਹ ਤਾਂ ਆਪਣੀ ਪੱਟੀ ਮਿਸ ਕਰਕੇ ਰਹੂਗੀ। ਫੋਨ ਨੂੰ ਇਹ ਪਾਸਵਰਡ ਵੀ ਲਾ ਕੇ ਰੱਖਦੀ ਹੈ, ਨਾ ਹੀ ਕਦੇ ਮੈਂ ਪੁੱਛਿਆ ਤੇ ਨਾ ਹੀ ਇਹਨੇ ਆਪ ਤੋਂ ਦੱਸਿਆ। ਮੇਰੀ ਗੱਲ ਸੁਣ ਲੈ, ਇਹਦਾ ਫੋਨ ਖੋ ਕੇ ਰੱਖ ਲੈ, ਜੈ ਬੱਡੀ ਦਾ ਫੋਨ ਚੈੱਕ ਕਰ ਲਿਆ ਕਰ ਇਹਦਾ। ਐਵੇਂ ਕਿਵੇਂ ਖੋਲਾਂ, ਕਿਵੇਂ ਖੋਲਾਂ, ਕਹੂਗੀ ਮੇਰੇ 'ਤੇ ਸ਼ੱਕ ਕਰਦਾ, ਜੇ ਹੁਣ ਤੋਂ ਸ਼ੱਕ ਵਾਲੀਆਂ ਗੱਲਾਂ ਹੋਣ ਲੱਗ ਗਈਆਂ ਫਿਰ ਬਸੀ ਖੜਾ ਕਰ। ਖੜ ਜਾ, ਉਹ ਮੈਨੂੰ ਲੱਗਦਾ ਫਿਰ ਕਿਸੇ ਨਾਲ ਗੱਲਾਂ ਕਰਦੀ ਹੈ। ਬੜਾ ਦੁਖੀ ਕਰਿਆ ਯਾਰ, ਕਿੱਧਰ ਜਾਈਏ ਕਿੱਧਰ ਨਾ ਜਾਈਏ, ਦੁਕਾਨ 'ਤੇ ਵੀ ਹੁਣ ਤਾਂ ਇਹੀ ਚਿੰਤਾ ਵੜ ਵੜ ਖਾਊਗੀ ਵੀ ਕਿਤੇ। ਮਾਂ ਪੁੱਤਾਂ ਨੇ ਹੋਰ ਹੀ ਤਮਾਸ਼ੇ ਫੜੇ ਹੋਏ ਨੇ। ਹੈਲੋ, ਹਾਂ ਮਨਪ੍ਰੀਤ। ਮਾਂ ਕਿਵੇਂ ਆ? ਬਹੁਤ ਵਧੀਆ ਪੁੱਤ, ਤੂੰ ਸੁਣਾ, ਤੂੰ ਕਿਵੇਂ ਘਾਬਰੀ ਜਾਈ ਪਈ ਆ? ਕੁਛ ਨਹੀਂ, ਇੱਕ ਤਾਂ ਮੈਨੂੰ ਹਿਚਕੀ ਲੱਗੀ ਪਈ ਆ, ਪਤਾ ਨਹੀਂ ਕਿਹੜਾ ਚੰਦਰਾ ਯਾਦ ਕਰੀ ਜਾਂਦਾ। ਹਾਂ ਠੀਕ ਤਾਂ ਹੈ ਸਭ ਕੁਛ? ਸਾਰਾ ਕੁਛ ਠੀਕ ਹੀ ਆ, ਪਰ ਨਾ ਮਾਂ ਪੁੱਤਾਂ ਦੇ ਲੱਛਣ ਨਹੀਂ ਮੈਨੂੰ ਠੀਕ ਲੱਗਦੇ, ਜ਼ਿਆਦਾ ਹੀ ਤੇਵਰ ਬਦਲੇ ਪਏ ਇਹਨਾਂ ਦੇ। ਹੁਣ ਕੀ ਹੋ ਗਿਆ ਪੁੱਤ? ਪਹਿਲਾਂ ਤਾਂ ਮੈਂ ਮਾਂ ਨਾਲ ਮੱਥਾ ਲਾਇਆ, ਮੈਂ ਫੋਨ ਤੇ ਗੱਲ ਕਰੀ ਜਾਵਾਂ, ਮੈਨੂੰ ਆ ਕੇ ਕਹਿੰਦੀ ਮੈਨੂੰ ਦੇਖ ਕੇ ਫੋਨ ਕੱਟਤਾ, ਕੁੜੇ ਕਿਹਦੇ ਨਾਲ ਗੱਲਾਂ ਕਰਦੀ ਸੀ? ਮੈਂ ਕਿਹਾ ਮੇਰੀ ਮਾਸੀ ਦੀ ਕੁੜੀ ਦਾ ਫੋਨ ਆਇਆ ਸੀਗਾ। ਅੱਛਾ, ਤੇ ਕਹਿੰਦੀ ਲੈ ਜੇ ਮਾਸੀ ਦੀ ਕੁੜੀ ਦਾ ਅਸੀਂ ਕੱਟਿਆ, ਕਿਉਂ ਮੇਰੇ ਨਾਲ ਗੱਲ ਕਰਾ ਤੇ ਹੋਰ ਹੀ ਕੁਛ ਬੜਾ ਮਾੜਾ ਚੰਗਾ ਜਿਹਾ ਬੋਲੇ ਮੈਨੂੰ। ਮੈਂ ਤਾਂ ਫਿਰ ਕਹਿਤਾ, ਮੈਂ ਕਿਹਾ ਜੇ ਮੈਂ ਆਪਦੇ ਪੇਕੇ ਆਹ ਗੱਲਾਂ ਦੱਸਦਾ ਫਿਰ। ਮੇਰੀ ਗੱਲ ਸੁਣ ਪੁੱਤ, ਜੇ ਤੇਰੀ ਸੱਸ ਨੇ ਨਾ ਫੋਨ ਤੇ ਤੈਨੂੰ ਗੱਲ ਕਰਨ ਤੋਂ ਰੋਕਿਆ ਜਾਂ ਕੁਛ ਕਿਹਾ, ਸੁਣਾ ਦੇ ਤੱਤਿਆਂ, ਡਰਨ ਦੀ ਕੋਈ ਲੋੜ ਨੀ ਤੈਨੂੰ ਤੇਰੀ ਸੱਸ ਤੋਂ, ਤੇਰੀ ਮਾਂ ਬੈਠੀ ਆ ਨਾ ਬੁੜੀ ਨਾਲ ਮੱਥਾ ਲਾ ਕੇ, ਥੱਲੇ ਤੇਰਾ ਜਵਾਈ ਤਿਆਰ ਹੋਇਆ ਖੜਾ ਸੀਆਈਡੀ ਇੰਸਪੈਕਟਰ ਬਣ ਕੇ। ਮਨਪ੍ਰੀਤ, ਤੂੰ ਉਹਨੂੰ ਪਤਾ ਨੀ ਕਿਹਨਾਂ ਲੁੱਤੀਆਂ ਲਾਈਆਂ, ਤੂੰ ਕਿਹੜੇ ਕਾਲਜ 'ਚ ਪੜ੍ਹਦੀ ਸੀ ਤੇ ਤੂੰ ਕਿਹੋ ਜਿਹੀਆਂ ਡਰੈੱਸਾਂ ਪਾ ਕੇ ਜਾਂਦੀ ਸੀ, ਤੇਰੀ ਬੱਸ ਕਿੱਧਰ ਦੀ ਜਾਂਦੀ ਸੀ, ਵੀ ਤੂੰ ਦੱਸ ਕੀ ਕਰਨਾ? ਨਾ ਤੂੰ ਕਹਿੰਦੀ ਇਹ ਕੁਛ ਪਤਾ ਕਰਨਾ ਸੀ ਵਿਆਹ ਤੋਂ ਪਹਿਲਾਂ ਕਰਦੇ। ਓਹੀ ਤਾਂ ਗੱਲ ਆ ਮਾਂ, ਮੈਨੂੰ ਤਾਂ ਇਹਨਾਂ ਨੇ ਕੰਮ ਲਾ ਲਿਆ ਅੱਜ ਦੋਨਾਂ ਨੇ। ਕੋਈ ਗੱਲ ਨੀ, ਕਰਦੇ ਸਿੱਧਾ, ਤੈਨੂੰ ਕਿਹੜਾ ਕਿਸੇ ਨੇ ਕੁਛ ਕਹਿਣਾ, ਏਦਾਂ ਦੀਆਂ ਲੁੱਤੀਆਂ ਲਾ ਤੇਰੀਆਂ ਮਿੰਨਤਾਂ ਕਰਦੇ ਫਿਰਨਗੇ, ਕੋਈ ਲੋੜ ਨੀ ਨਾ ਤੂੰ ਡਰਨ ਦੀ ਪੁੱਤ, ਤੇਰੀ ਮਾਂ ਬੈਠੀ ਆ ਨਾ। ਮੈਂ ਤਾਂ ਮਾਂ ਤਾਂ ਨੀ ਬੋਲੀ, ਮੈਂ ਕਿਹਾ ਪਹਿਲਾਂ ਮੈਂ ਤੇਰੇ ਨਾਲ ਗੱਲ ਸਾਰੀ ਸ਼ੇਅਰ ਕਰਦੀ ਆ, ਹੁਣ ਬਸ ਤੂੰ ਮੈਨੂੰ ਸ਼ੈਤੀ ਦੇਤੀ ਵੀ ਬੋਲ ਲੈ, ਹੁਣ ਮੈਂ ਮਾਂ ਪੁੱਤ ਅੱਗੇ ਬੋਲੂਗੀ। ਪਹਿਲਾਂ ਮੈਂ ਕਿਹਾ ਕਿਤੇ ਇਹ ਨਾ ਹੋਵੇ ਵੀ ਤੁਸੀਂ ਮੈਨੂੰ ਲੜਨ ਲੱਗ ਜਾਓ, ਵੀ ਮਨਪ੍ਰੀਤ ਤੈਨੂੰ ਬੋਲਣ ਦੀ ਅਕਲ ਨੀ, ਤੂੰ ਉੱਥੇ ਮੈਂ ਕਿਉਂ ਲੜਨਾ, ਇਹ ਢੰਗ ਦੇ ਇਹਨਾਂ ਨੂੰ ਛੱਤ ਤੇ ਜਿਵੇਂ ਪੱਖਾ ਟੰਗਿਆ ਹੁੰਦਾ। ਕੋਈ ਨੀ ਮੰਮੀ, ਬਸ ਫਿਰ ਹੁਣ ਫਿਕਰ ਨਾ ਕਰੀ। ਚੱਲ ਠੀਕ ਹੈ ਪੁੱਤ, ਖਿਆਲ ਰੱਖੀ ਨਾਲੇ ਪਾਣੀ ਪੀ ਲਾ, ਹਜਕੀ ਕਿੰਨੀ ਲੱਗੀ ਹੋਈ ਹੈ। ਚੰਗਾ ਮਾਂ। ਚੰਗਾ ਪੁੱਤ, ਖਿਆਲ ਰੱਖੀ, ਡਰਨ ਦੀ ਕੋਈ ਲੋੜ ਨੀ ਨਾ ਤੂੰ। ਠੀਕ ਆ। ਚੰਗਾ। ਨਾਲੇ ਜੇ ਕੋਈ ਗੱਲ ਗੁੱਲ ਹੋਈ ਵੀਰੇ ਨੂੰ ਸਾਂਭ ਲਈ ਆਪੇ। ਠੀਕ ਆ ਪੁੱਤ, ਮੈਂ ਆਪੇ ਗੱਲ ਕਰ ਲੂੰਗੀ, ਆ ਬੁੱਢੇ ਜੇ ਨਾ ਵੀ ਤੇ ਜੱਸ ਨਾ ਵੀ। ਚੰਗਾ ਮੰਮੀ। ਚੰਗਾ। ਲੈ ਜਦੋਂ ਮੇਰੀ ਮਾਂ ਮੇਰੇ ਨਾਲ ਆ ਫਿਰ ਮੈਨੂੰ ਡਰਨ ਦੀ ਕੀ ਲੋੜ ਆ, ਸਿਆਪਾ ਪਹਿਲਾਂ ਤਾਂ ਪਾਣੀ ਪੀ ਕੇ ਆਵਾਂ। ਮੈਨੂੰ ਤਾਂ ਹੁਣ ਦੇਖ ਸਾਰਾ ਕੁਛ ਕਰਨਾ ਹੀ ਪੈਂਦਾ ਗਾ, ਹੁਣ ਉਹ ਜਵਾਕ ਜੱਸ ਵੀ ਕੀ ਕਰੇ ਬੇਚਾਰਾ, ਕਿੱਧਰ ਕਿੱਧਰ ਜਾਵੇ ਉਹ। ਨਾਲੇ ਪੁੱਤ ਮੈਂ ਤੈਨੂੰ ਇੱਕ ਐਂ ਕਹਿੰਦਾ ਸੀਗਾ,
ਤੇਰੀ ਨਾ ਮਾਂ ਦੀਆਂ ਗੱਲਾਂ ਦੇਖ ਲੈ ਕਈਆਂ ਜਿਹੀਆਂ ਕਰਦੀ ਹੈ, ਜੇ ਇੱਕ ਵਾਰੀ ਮਨਪ੍ਰੀਤ ਨੂੰ ਪੁੱਛ ਲੈਂਦੀ ਕੋਈ ਫਰਕ ਪੈਂਦਾ ਸੀ? ਡੈਡੀ ਜੀ ਇਸੇ ਗੱਲ ਦੀ ਤਾਂ ਮੈਨੂੰ ਟੈਨਸ਼ਨ ਲੱਗੀ ਪਈ ਹੈ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਅਤੇ ਕਿੱਧਰ ਜਾਵਾਂ। ਤੁਸੀਂ ਇੱਕ ਵਾਰ ਵੀ ਦੇਖਿਆ ਮੰਮੀ ਨੇ ਮੇਰੀ ਗੱਲ ਸੁਣੀ ਹੋਵੇ? ਪੁੱਤ ਤੇਰੀ ਗੱਲ ਤਾਂ ਉਹਨੇ ਸੁਣਨੀ ਕੀ, ਇਹਨੇ ਅੱਜ ਤੀਕਰ ਕਦੇ ਮੇਰੀ ਗੱਲ ਸੁਣੀ ਹੈ ਜੋ ਤੇਰੀ ਸੁਣੂ? ਡੈਡੀ ਜੀ ਫਿਰ ਵੀ ਬੱਚਿਆਂ ਦਾ ਤਾਂ ਹੁੰਦਾ ਹੀ ਆ ਨਾ, ਮਾਂ ਬਾਪ ਇੱਕ ਵਾਰ ਤਾਂ ਤਰਸ ਕਰਦਾ ਹੀ ਆ। ਇਹ ਭਾਈ ਇਹ ਤਰਸ ਤੁਰਸ ਵਾਲੀ ਨਹੀਂ ਹੈਗੀ, ਇਹ ਤਾਂ ਇੱਕ ਤਰਫਾ ਹੀ ਚੱਲਦੀ ਆ ਬਸ, ਵੀ ਜੋ ਮੈਂ ਕਰਦੀ ਹਾਂ ਉਹ ਸਹੀ ਆ, ਤੁਸੀਂ ਬੇਵਕੂਫ ਹੋ। ਅਤੇ ਨਾਲੇ ਮੈਂ ਤੈਨੂੰ ਐਂ ਕਹਿੰਦਾ ਸੀ ਇੱਕ ਵਾਰੀ ਤੂੰ ਉਹਨੂੰ ਪਿਆਰ ਨਾਲ ਕਹਿ ਕੇ ਦੇਖ ਲੈ ਵੀ ਮੰਮੀ ਤੂੰ ਮਨਪ੍ਰੀਤ ਨੂੰ ਪੁੱਛ ਲੈ ਕੀ ਆ, ਤੇਰੀ ਗੱਲ ਮੰਨੀ ਜਾਵੇ। ਡੈਡੀ ਜੀ ਤੁਹਾਨੂੰ ਲੱਗਦਾ ਮੈਂ ਗੱਲ ਨਹੀਂ ਕੀਤੀ? ਮੈਂ ਬਹੁਤ ਵਾਰ ਗੱਲ ਕੀਤੀ ਹੈ ਮੰਮੀ ਨਾਲ, ਪਰ ਪੱਥਰ 'ਤੇ ਬੂੰਦ ਪਈ ਨਾ ਪਈ, ਉਹੀ ਗੱਲ ਹੈ ਨਾ। ਮੈਨੂੰ ਮਾੜਾ ਜਿਹਾ ਕੁਛ ਐਂ ਲੱਗਦਾ ਵੀ ਇਹ ਜਾਣ ਬੁੱਝ ਕੇ ਨਹੀਂ ਗੱਲ ਕਰ ਰਹੀ। ਡੈਡੀ ਹੁਣ ਤਾਂ ਰੱਬ ਜਾਣਦਾ ਜੋ ਵੀ ਹੋ ਰਿਹਾ ਮੈਨੂੰ ਨਹੀਂ ਪਤਾ, ਪਰ ਡੈਡੀ ਸੌਂ ਲੱਗੇ ਮੈਥੋਂ ਰਿੰਗ ਨਹੀਂ ਹੋਈ ਮੈਨੂੰ ਚੰਗੀ ਤਰ੍ਹਾਂ ਯਾਦ। ਇਹ ਨਾ ਬੁੱਤ ਇਹ ਮੈਨੂੰ ਨਾ ਕਹਿ, ਮੈਨੂੰ ਹੁਣ ਪਤਾ ਨਹੀਂ, ਮੈਂ ਤਾਂ ਆਪ ਕਹਿਣਾ, ਮੈਂ ਤੈਨੂੰ ਐਂ ਪੁੱਛਦਾ ਵੀ ਮਨਪ੍ਰੀਤ ਰੂਮ 'ਚ ਗਈ ਸੀ ਤੇਰੇ 'ਚ? ਸ਼ਾਬਾਸ਼ ਤੇਰੇ, ਪਹਿਲਾਂ ਤਾਂ ਮੈਂ ਇਹ ਸਮਝਦੀ ਸੀ ਵੀ ਚੱਲ ਤੈਨੂੰ ਅਕਲ ਆ ਜਾਊਗੀ ਵੀ ਤੂੰ ਤਾਰੀ ਨੂੰ ਨਹੀਂ ਫੋਨ ਕਰਦਾ, ਨਾਲੇ ਤੇਰੇ ਸ਼ਾਬਾਸ਼ ਜਿਹੜਾ ਮੇਰੀ ਧੀ ਦੇ ਵਿਰੁੱਧ ਮੇਰੇ ਆਦਮੀ ਨੂੰ ਭੜਕਾਉਣ ਲੱਗੀ ਆ। ਮੰਮੀ ਜੀ ਮੈਂ ਕੀ ਭੜਕਾਇਆ, ਅਸੀਂ ਤਾਂ ਨੋਰਮਲ ਗੱਲਾਂ ਕਰੀ ਜਾਂਦੇ ਆ। ਤੂੰ ਕਿੱਥੇ ਲੈਣ ਆਈ ਆ ਉੱਪਰ? ਇਹ ਤਾਂ ਉੱਪਰ ਪਨਿਆਲਾ ਦੇਖਣ ਆਇਆ ਸੀ, ਤੂੰ ਕੀ ਕਰਨ ਆਈ ਸੀ ਮਗਰ? ਉਹ ਮੇਰੀ ਗੱਲ ਸੁਣ, ਤੂੰ ਉਹਨੂੰ ਜਵਾਕਰੀ ਨੂੰ ਕਦੇ ਢੰਗ ਨਾਲ ਬੋਲਿਆ ਕਰ, ਨਾਲੇ ਇਹ ਕੀ ਗੱਲ, ਪਹਿਲਾਂ ਮੇਰੀ ਗੱਲ ਸੁਣ ਲੈ ਤੂੰ, ਤੂੰ ਬਹੁਤ ਬੋਲਦੀ ਆ। ਇਹ ਕੀ ਗੱਲ ਮੇਰੇ ਆਦਮੀ ਨੂੰ ਭੜਕਾਉਣੀ ਆ, ਮੈਂ ਉਹਦਾ ਸਹੁਰਾ ਲੱਗਦਾ, ਉਹ ਮੇਰੇ ਨਾਲ ਗੱਲ ਨਹੀਂ ਕਰ ਸਕਦੀ? ਤਾਂ ਹੀ ਮੈਂ ਤਾਂ ਚੋਰੀ ਚੋਰੀ ਖੜ ਕੇ ਗਾਰ ਬਾਹਰ ਉੱਪਰ ਗੱਲਾਂ ਕਰਨ ਹੁੰਦੀ। ਕੋਈ ਚੋਰੀ ਚੋਰੀ ਨਹੀਂ, ਮੈਂ ਉੱਪਰ ਪੰਤਾਲਾ ਦੇਖਣ ਗਿਆ ਸੀ, ਫਿਰ ਤਾਂ ਸਵੇਰ ਕੇ ਆ ਗਈ। ਬਸ ਕਰ, ਮੈਨੂੰ ਸਾਰਾ ਹੀ ਪਤਾ, ਨਾਲੇ ਨਾ ਤੈਨੂੰ ਮੈਂ ਕੱਲ ਵੀ ਸਮਝਾਇਆ ਸੀ, ਮੈਂ ਤੈਨੂੰ ਹੁਣ ਵੀ ਸਮਝਾਉਣੀ ਆ, ਆਹ ਜਿਹੜੀਆਂ ਚਤਰਾਈਆਂ ਤੂੰ ਕਰਦੀ ਫਿਰਦੀ ਆ ਨਾ ਜਸ਼ਨ, ਨਾ ਕਰ ਨਾ ਕਰ। ਮੰਮੀ ਮੈਂ ਕਿਹੜੀਆਂ ਚਤਰਾਈਆਂ ਕਰੀਆਂ? ਤੂੰ ਮਗਰ ਕੀ ਲੈਣ ਆਈ ਆ? ਮੈਨੂੰ ਕੰਮ ਨਹੀਂ ਹੋ ਸਕਦਾ ਕੋਈ ਕੋਠੇ ਤੇ। ਕੀ ਕੰਮ ਆ ਦੱਸ, ਮੈਂ ਤੇਰੀ ਸਾਸਾਂ ਘਰ 'ਚ ਬੁੜੀ ਆ, ਤੈਨੂੰ ਬੰਦੇ ਤੱਕ ਕੀ ਕੰਮ ਆ? ਕਿਉਂ ਕੱਪੜੇ ਕੋਠੇ ਤੇ ਲਾਉਣ, ਤੂੰ ਚੱਲ ਤੁਸੀਂ ਚੜਦੇ। ਓਏ ਓਏ ਬੋਲ ਤਾਂ, ਮੈਨੂੰ ਦੱਸਦੀ। ਓਏ ਓਏ ਬੋਲ ਤਾਂ ਢੰਗ ਨਾਲ, ਕੀ ਆ ਬੰਦਾ ਆ ਫਲਾਨਾ, ਓ ਸੌਰਾ ਪਿਓ ਦੇ ਸਮਾਨ ਹੁੰਦਾ। ਮੈਂ ਕੀ ਕਹਿੰਨੀ ਆ ਫਿਰ? ਪਰ ਤੂੰ ਭਾਸ਼ਾ ਕਈ ਜੀ ਵਰਤਦੀ ਆ ਤੂੰ ਨਾ। ਮੈਂ ਕੀ ਕਿਹਾ? ਹਾਂ ਕੀ ਕਿਹਾ, ਮੇਰੇ ਬੰਦੇ ਤੱਕ ਕੀ ਕੰਮ? ਜਸ਼ਨ ਹਰਕਤਾਂ ਤੋਂ ਬਾਜ਼ ਆ ਜਾ, ਮੇਰੀ ਧੀ ਨੂੰ ਹੈ ਨਾ, ਮੇਰੀ ਧੀ ਨੂੰ ਨਾ ਦਰਕਾਰ ਨਾ ਦਰਕਾਰ, ਸਾਰਿਆਂ ਨੂੰ ਮੇਰੀ ਧੀ ਦੇ ਵਿਰੁੱਧ ਕੀਤਾ ਪਿਆ। ਇਹ ਸਾਰਾ ਗੁੰਝਲਦਾਰ ਜਿਹੜਾ ਜਾਲ ਵਿਛਾਈ ਜਾਂਦੀ ਹੈ ਨਾ, ਇਹ ਤੈਨੂੰ ਬਹੁਤ ਮਹਿੰਗਾ ਪੈਣਾ, ਬਹੁਤ ਮਹਿੰਗਾ ਪੈਣਾ। ਮੰਮੀ ਜੀ ਜਿਹੜੀਆਂ ਕਰਤੂਤਾਂ ਤੁਸੀਂ ਕਰਦੇ ਹੋ ਨਾ, ਉਹ ਵੀ ਰੱਬ ਦੇਗਾ, ਤੁਹਾਨੂੰ ਆਪੇ ਮਹਿੰਗੀਆਂ ਪੈਣੀਆਂ ਨੇ। ਕੀ ਕਰਤੂਤਾਂ ਕਰਦੀਆਂ ਨੇ ਤੂੰ? ਕੱਲ ਆ ਕੇ ਮੇਰੀਆਂ ਕਰਤੂਤਾਂ ਪਰਖਦੀਆਂ ਇੱਥੇ ਮੇਰੇ ਕੰਮਾਂ ਨੂੰ? ਹੈ ਕੀ ਕਰਦੀਆਂ ਮੈਂ ਕਰਤੂਤਾਂ, ਦੱਸ ਮੈਨੂੰ। ਤੁਸੀਂ ਇੱਕ ਵਾਰ ਵੀ ਕਿਹਾ ਵੀ ਕੋਈ ਨਾ ਪੁੱਤ ਮੈਂ ਪੁੱਛ ਲੂੰਗੀ। ਕਿਉਂ ਪੁੱਛਾਂ? ਓਏ ਕੁਲਦੀਪ ਕਰੇ, ਕੀ ਕਹਿੰਦਾ ਸੀ ਮੈਂ ਮਨਪ੍ਰੀਤ ਤੇਰੇ ਕਮਰੇ 'ਚ ਗਈ ਕਿ ਨਹੀਂ? ਕਿਉਂ ਮੇਰੀ ਤੇ ਚੋਰ ਨਹੀਂ ਆ? ਮੈਂ ਚੋਰ ਨਹੀਂ ਕਹਿੰਦਾ, ਕਈ ਵਾਰੀ ਜਵਾਕ ਵਗ ਜਾਂਦਾ। ਤੇਰਾ ਕਹਿਣ ਦਾ ਮਤਲਬ ਕੀ ਹੈ? ਓਏ ਤੂੰ ਮੇਰੀ ਪਹਿਲਾਂ ਗੱਲ ਤਾਂ ਸੁਣ ਲੈ, ਘਰ 'ਚ 70,000-72,000 ਦਾ ਨੁਕਸਾਨ ਹੋਇਆਗਾ। ਗੱਲ ਨੂੰ ਨਾ ਕਿਸੇ ਢੰਗ ਨਾਲ ਬੋਲੀਦਾ ਹੁੰਦਾ, ਢੰਗ ਨਾਲ ਕਰੀਦਾ ਹੁੰਦਾ ਗੱਲ ਨੂੰ। ਹੁਣ ਉਰੇ ਖੜ ਕੇ ਕੀ ਰੌਲਾ ਪਾ ਰੱਖਿਆ ਤੁਸੀਂ? ਚਬੂਤਰੇ ਹਜੇ ਤਾਂ ਉੱਪਰ ਜਾਣਾ ਸੀ ਚਬੂਤਰੇ ਤੇ, ਸ਼ੁਕਰ ਕਰ ਇਹ ਥੱਲੇ ਉਤਰ ਗਿਆ ਚੌਰਾ ਤੇ ਇਹਨੂੰ ਇੱਥੇ ਮਿਲ ਗਈ। ਰੌਲਾ ਕੀ ਪਾਇਆ ਹੁਣ ਤੁਸੀਂ ਦੱਸੋਗੇ ਮੈਨੂੰ? ਬੋਲਣ ਦੀ ਅਕਲ ਸਿੱਖ ਲਓ ਮਾੜੀ ਜੀ, ਬਸ ਕਰਨੀ ਕੱਲ ਜਮ ਕੇ ਮੈਨੂੰ ਅਕਲ ਦਿੰਨੀ ਆ। ਉਹ ਭਾਈ ਤੈਨੂੰ ਮੈਂ ਦੱਸਦਾ ਗੱਲ, ਮੈਂ ਨਾ ਉੱਤੇ ਗਿਆ ਸੀ ਪੰਤਾਲਾ ਦੇਖਣ, ਮੈਨੂੰ ਐਂ ਲੱਗਿਆ ਵੀ ਚੱਲ ਮੀਂਹ ਕਣੀ ਦੀ ਰੁੱਤ ਹੈ ਵੀ ਮੀਂਹ ਕਈ ਵਾਰੀ ਜ਼ਿਆਦਾ ਆਉਂਦਾ, ਕਈ ਵਾਰੀ ਪੰਤਾਲੇ ਦੀ ਮੁਰ ਕੁਛ ਲੱਗਿਆ ਹੋਵੇ ਤਾਂ ਫਿਰ ਪਾਣੀ ਖੜ ਜਾਂਦਾ ਉੱਤੇ। ਇਹ ਕੁਦਰਤੀ ਵਿਚਾਰੀ ਇਹ ਆ ਗਈ ਵੀ ਡੈਡੀ ਤੁਸੀਂ
ਉੱਤੇ ਕਿਉਂ ਫਿਰਦੇ ਵੀ ਤੁਹਾਨੂੰ ਢਿੱਲ ਮਸ ਰਹਿੰਦੇ ਹੋ? ਤੁਸੀਂ ਸਾਰੀਆਂ ਗੱਲਾਂ ਛੱਡੋ, ਮੈਨੂੰ ਐਂ ਦੱਸੋ ਰੌਲਾ ਕਿਹੜੀ ਗੱਲ ਦਾ ਪਰਖਿਆ ਤੁਸੀਂ? ਉਹ ਛਾਂਪ ਦਾ ਇਹਨੂੰ ਪੁੱਛਣ ਲੱਗਾ ਆ ਅਚੌਰਾ ਬੇ ਜਸ਼ਨ, ਤੇਰੇ ਕਮਰੇ ਚ ਮਨਪ੍ਰੀਤ ਗਈ ਸੀ? ਮੰਮੀ ਜੀ ਤੁਸੀਂ ਡੈਡੀ ਨੂੰ ਤਾਂ ਇੱਜ਼ਤ ਨਾਲ ਬੋਲੋ, ਮੈਨੂੰ ਤਾਂ ਨਹੀਂ ਬੋਲ ਸਕਦੇ। ਬਸ ਕਰਨੀ ਤੂੰ ਮੈਨੂੰ ਇੱਕ ਗੱਲ ਦੱਸ, ਛਾਂਪ ਤੈਂ ਹੋਈ ਆ, ਗਲਤੀ ਤੇਰੀ ਆ, ਇੱਥੇ ਖੜ ਕੇ ਕਿਉਂ ਚੱਜੂ ਪਾਇਆ? ਜਸ ਤੁਹਾਨੂੰ ਕੀ ਪਤਾ ਵੀ ਛਾਂਪ ਮੈਂ ਖੋਈ ਆ? ਕੀ ਪਤਾ ਕੋਈ ਚੱਕ ਕੇ ਲੈ ਗਿਆ ਹੋਵੇ? ਹੋਰ ਚੱਕ ਕੇ ਲੈ ਗਿਆ ਮਨਪ੍ਰੀਤ? ਕੀ ਓਏ ਓ ਮੁੰਡਿਆ, ਇਹ ਕੀ ਕਰਦਾ ਤੂੰ? ਵਧੀਆ ਹੋਇਆ ਤੈਨੇ ਐਦਾਂ ਹੀ ਲੋਟ ਆਉਣਾ ਸੀ, ਤੂੰ ਆਹੀ ਕੁਝ ਭਾਲਦੀ ਸੀ। ਚੱਪ ਕਰ। ਹਾਂ।